ਹਾਂ ਪੁੱਤ। ਹਾਂਜੀ ਮੰਮੀ ਜੀ, ਮੇਰਾ ਫੋਨ ਨਹੀਂ ਚੁੱਕਿਆ। ਵੀ ਪੁੱਤਾ, ਗਵਾਂਢੀ ਆਪਣਾ ਜਿਹੜਾ ਲੱਡੂ ਨੀ, ਜਿਹਦਾ ਹੁਣ ਜੇ ਵਿਆਹ ਹੋਇਆ, ਹਾਂਜੀ ਉਹਦੀ ਘਰਦੀ ਨੇ ਫਰਿੱਜ ਚ ਨਿਊਡਲ ਰੱਖੇ ਤੇ ਲੱਡੂ ਆਣ ਕੇ ਕੰਮ ਤੇ ਉਹਦੇ ਨਿਊਡਲ ਖਾ ਗਏ, ਇਸੇ ਗੱਲ ਤੋਂ ਛੱਡ ਕੇ ਉਹਨੂੰ ਪੀ ਕੇ ਚੱਲ ਗਈ। ਸਭ ਤੋਂ ਵੱਡੀ ਪ੍ਰੋਬਲਮ ਪਤਾ ਕੀ ਆ, ਅੱਜ ਕੱਲ ਇੱਕ ਦੂਜੇ ਦੀ ਗੱਲ ਸੁਣ ਕੇ ਤੇ ਜਰਦੇ ਹੀ ਨਹੀਂ ਆਣਾ, ਗੁੱਸਾ ਕਰ ਲੈਂਦੇ ਨਿੱਕੀ ਨਿੱਕੀ ਗੱਲ ਤੋਂ। ਲੜਾਈਆਂ ਤੇ ਹੋਣੀਆਂ ਹੀ ਹੋਣੀਆਂ, 80% ਰਿਸ਼ਤੇ ਇਹਨਾਂ ਗੱਲਾਂ ਕਰਕੇ ਟੁੱਟਦੇ ਆ। ਮੰਮੀ ਮੈਂ ਨਾ ਕੱਲ ਯੁੱਗ ਆ ਗਿਆ ਆ, ਉਹ ਧੰਨ ਆ ਸਾਡੀ ਭੂਆ, ਉਹਨਾਂ ਸਮਿਆਂ ਦੇ ਵਿੱਚ ਫੁੱਫੜ ਨਾ ਕੱਢੀ ਇੰਨੀ ਸ਼ਰਾਬ ਪਿੰਡਾ ਰਿਹਾ ਸਾਡਾ ਫੁੱਫੜ, ਹੈਂ ਘੁੱਟ ਘੁੱਟ ਸਾਡੀ ਭੂਆ ਦਾ ਮੂੰਹ ਲਾਲ ਕਰ ਦਿੰਦਾ ਹੁੰਦਾ ਸੀ, ਫਿਰ ਵੀ ਭੂਆ ਸਮਾਈਲਾਂ ਦਿੰਦੀ ਸੀ ਸਾਨੂੰ ਜਾਂਦਿਆਂ ਨੂੰ ਵੇਖ ਕੇ ਮੈਂ ਇਹਦੇ ਘਰ ਖੁਸ਼ ਆ। ਚੁੱਪ ਕਰ ਪੁੱਤ, ਹੈਂ ਕੱਟੀ ਨੀ ਸਾਡੀ ਭੂਆ ਨੇ, ਉਹ ਵੱਖਰੀ ਗੱਲ ਸੀ, ਭੂਆ ਦਾ ਵੀ ਕਦੀ ਕਦੀ ਵਾਪਸ ਚੱਲ ਜਾਂਦਾ ਹੁੰਦਾ ਸੀ, ਫੁੱਫੜ ਦੇ ਵੀ ਟੌਣੀ ਲਾ ਦਿੰਦੀ ਹੁੰਦੀ ਸੀ, ਪਰ ਫੁੱਫੜ ਕਦੀ ਬੋਲਿਆ? ਚੱਲ ਚੁੱਪ ਕਰ, ਕੱਟੀ ਆ ਨਾ ਦੋਵਾਂ ਨੇ। ਕੰਜਣ ਤੂੰ ਅੱਜ ਭੂਆ ਪਰੀ ਦੀਆਂ ਮਸਾਲਾ ਦੇਣ ਦਿਆ, ਕੀ ਗੱਲ ਮੈਂ ਨੀ ਤੈਨੂੰ ਪਿਓ ਨਾਲ ਕੱਟੀ, ਅੱਠ ਭੈਣਾਂ ਸੀ ਤੇਰੇ ਡੈਡੀ ਦੀਆਂ, ਅੱਠ ਉਹਨਾਂ ਦੇ ਘਰ ਵਾਲੇ, ਅੱਠ 8-16 ਵੀ 16 ਜਾਣੇ ਦੇ ਮੈਂ ਜੁਰਮ ਜਰਦੇ ਨੀ ਮੇਰੀਆਂ ਮਸਾਲਾ ਦੇ। ਮੈਂ ਤੁਹਾਡੀ ਮਿਸਾਲ ਵੀ ਦਿੰਦਾ, ਤੁਸੀਂ ਵੀ ਤਾਂ ਡੈਡੀ ਨਾਲ ਕੱਟੀ ਆ। ਨਹੀਂ ਕੀ ਮੇਰੇ ਨਾਲ ਕੱਟੀ, ਮੈਂ ਨਸ਼ੇ ਕਰਦਾ ਹਾਂ, ਮੈਂ ਸ਼ਰਾਬਾਂ ਪੀਂਦਾ ਹਾਂ, ਨਾਲੇ ਕੀ ਮਾੜਾ ਕੀਤਾ ਮੇਰੀਆਂ ਭੈਣਾਂ ਨੇ ਤੇਰਾ? ਥੋੜਾ ਮਾੜਾ ਕਰਦੇ ਰਹੇ, 16 ਜਾਣਿਆਂ ਨੂੰ ਅੰਨ ਪਕਾ ਕੇ ਕੱਲੀ ਖਵਾਉਂਦੀ ਰਹੀ, ਪਤਾ ਨਹੀਂ ਕਿਹੜੀ ਨੀਤ ਨਾਲ ਉਹਨਾਂ ਨੂੰ ਖਵਾਉਂਦੀ ਰਹੀ ਅੰਨ, ਉਹਨਾਂ ਦਾ ਤੇਰੇ ਤੋਂ ਚੁੱਕੇ ਗਿਆ ਮਨ, ਮੈਨੂੰ ਲੱਡੂ ਨਾਲ ਕੰਪੇਅਰ ਨਾ ਕਰੀ, ਮੈਂ ਦੱਸਤਾ ਤੈਨੂੰ। ਡੈਡੀ ਜੀ ਚੁੱਪ ਕਰ ਦੋ, ਉਹ ਲੱਡੂ ਨੂੰ ਤਾਂ ਰੋਟੀ ਬਣਾਉਣੀ ਆਉਂਦੀ, ਉਹਨੇ ਬਣਾ ਕੇ ਖਾ ਲੈਣੀ, ਜੇ ਇਸ ਉਮਰੇ ਤੁਹਾਡੀ ਚੱਲ ਗਈ ਤੁਸੀਂ ਭੁੱਖੇ ਰਹਿ ਜਾਣਾ ਜੇ।